ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਦੇ ਸਾਡੇ ਸਿਆਸੀ ਪ੍ਰਬੰਧ ਉੱਤੇ ਵੀ ਉਂਗਲੀ ਉਠਾਈ। ਸਿਰਫ ਉਂਗਲੀ ਨਹੀਂ ਉਠਾਈ, ਸਗੋਂ ਬੇਬਾਕੀ ਦੇ ਨਾਲ ਬੋਲੇ ਕਿ ਜਿਸ ਸਿਸਟਮ ਦੇ ਵਿੱਚ ਜਿਹੜੀਆਂ ਵੀ ਕੁਰੀਤੀਆਂ ਨੇ ਉਹ ਦੂਰ ਹੋਣੀਆਂ ਚਾਹੀਦੀਆਂ ਨੇ। ਬਾਬਾ ਜੀ ਸਾਨੂੰ ਦੱਸੋ ਕਿ ਜਦੋਂ ਉਸ ਵੇਲੇ ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਦੀ ਗੱਲ ਕੀਤੀ, ਜਦੋਂ ਇਹੋ ਜਿਹਾ ਸਮਾਜ ਸੁਧਾਰ ਦੀ ਗੱਲ ਕੀਤੀ ਸਾਡੇ ਸਿਆਸੀ ਪ੍ਰਬੰਧ ਦੇ ਵਿੱਚ, ਤਾਂ ਲੋਕਾਂ ਨੇ ਵਿਰੋਧ ਵੀ ਕੀਤਾ ਹੋਵੇਗਾ? ਗੁਰੂ ਨਾਨਕ ਪਾਤਸ਼ਾਹ ਬਿਲਕੁਲ ਨਧੜਕ ਸਨ। ਉਹਨਾਂ ਨੇ ਜੋ ਗੱਲ ਕਹਿਣੀ ਉਹਨਾਂ ਨੇ ਜਿਹੜੇ ਹੈ ਮੌਕੇ ਦੇ ਹਾਕਮਾਂ ਨੂੰ ਵੀ ਕਹੀ। ਸਮਾਜ ਦੇ ਜਿਹੜੇ ਲੋਕ ਸੀਗੇ, ਜਿਨ੍ਹਾਂ ਨੇ ਸਮਾਜ ਦੇ ਵਿੱਚ ਲੁੱਟ ਖਸੁੱਟ ਮਚਾਈ ਸੀ, ਉਹਨਾਂ ਨੂੰ ਵੀ ਕਿਹਾ। ਇੱਥੋਂ ਤੱਕਰ ਉਹਨਾਂ ਨੇ ਕਹਿਣਾ ਜਿਹੜਾ ਸੀ ਉਹ ਬਾਣੀ ਦੇ ਵਿੱਚ ਜੋ ਸ਼ਬਦ ਆ, ਕਲ ਕਾਤੀ ਰਾਜੇ ਕੁਸਾਈ ਧਰਮ ਪੰਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਹਿਕ ਚੜਿਆ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਹਿ ਕੇ ਕਿਹਾ, ਕੂੜ ਕੀ ਜੰਜ ਲੈਤ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਬੇਲਾ ਲਓ। ਜੋ ਸ਼ਬਦ ਉਚਾਰਨ ਕਰਕੇ ਪਾਤਸ਼ਾਹ ਨੇ ਸਮੇਂ ਦੇ ਹਾਕਮਾਂ ਦਾ ਡਟਵਾਂ ਵਿਰੋਧ ਕੀਤਾ ਕਿ ਇਹ ਜਿਹੜੇ ਰਾਜੇ ਹੁੰਦੇ ਆ ਇਹ ਪ੍ਰਜਾ ਦੇ ਵਾਸਤੇ ਜਿਹੜੀ ਹੈ ਰਾਖੀ ਵਾਸਤੇ ਹੁੰਦੇ ਆ, ਪ੍ਰਜਾ ਨੂੰ ਲੁੱਟਣ ਵਾਸਤੇ ਨਹੀਂ ਹੁੰਦੇ। ਉਸ ਵੇਲੇ ਦੇ ਜਿਹੜੇ ਪ੍ਰਸ਼ਾਸਨਿਕ ਢਾਂਚਾ ਸੀ, ਜਿਹੜੀ ਵਾੜ ਹੀ ਖੇਤ ਨੂੰ ਖਾਈ ਜਾਂਦੀ ਸੀ, ਉਹਨਾਂ ਨੇ ਪੂਰੀ ਆਵਾਜ਼ ਉਠਾਈ ਅਤੇ ਸਮੇਂ ਦੇ ਲੋਕਾਂ ਨੇ ਜਿਨ੍ਹਾਂ ਨੂੰ ਇਹ ਗੱਲਾਂ ਢੁਕਵੀਆਂ ਨਹੀਂ ਬਹਿੰਦੀਆਂ ਸੀ ਉਹਨਾਂ ਨੇ ਵਿਰੋਧ ਵੀ ਕੀਤਾ, ਪਰ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ।
ਸੀ ਭਰਿਆ, ਜਦ ਬੱਦਲ ਸੀ ਭਰਿਆ, ਬਲੀ ਕੰਧਾਰੀ ਦਾ ਹੰਕਾਰ ਸੀ ਤਾਰ ਤਾਰ ਕਰਿਆ, ਤਾਰ ਤਾਰ ਕਰਿਆ, ਔਰਤ ਨੂੰ ਬਣਦਾ ਉਸਦਾ ਸਨਮਾਨ ਦਵਾਇਆ ਸੀ, ਤੈਂ ਕੀ ਦਰਦ ਨਾ, ਤੈਂ ਕੀ ਦਰਦ ਨਾ ਆਇਆ, ਰੱਬ ਨੂੰ ਆਖ ਸੁਣਾਇਆ, ਸੁਣਾਇਆ ਸੀ ਰੱਬ ਨੂੰ ਆਖ ਸੁਣਾਇਆ ਸੀ।